ਤੇ ਉਹ ਪਰਿਵਾਰੀ ਨੇ ਪਹਿਲੇ ਦਿਨੇ ਜਿਵੇਂ ਕਹਿ ਲਓ ਆਉਂਦੀ ਸਾਰੇ ਪਹਿਲਾਂ ਸਿੱਧਾ ਹੀ ਕਿਹਾ ਵੀ ਪੈਸਾ ਪੂਸੇ ਦੀ ਗੱਲ ਕਰ ਲਾ ਭਾਈ ਜੋ ਕੁਛ ਵੀ ਤੇ ਇਹਦੇ ਨਾਲ ਗੱਲ ਇਹ ਹੋਈ ਵੀ ਤੁਸੀਂ ਆ ਕੇ 2500 ਰੁਪਏ ਦੇ ਜਾਓ ਅੱਛਾ ਜੀ ਵੀ ਸਟੇ ਅੱਜੇ ਜਾ ਤੂੰ ਜਿਹਦੇ ਧਿਆਨ 'ਚ ਮੇਰੇ ਕੋਲ ਜਦੋਂ ਫੋਨ ਆਇਆ ਮੈਂ ਵੇਟਸ ਕਿਸੇ ਪਾਸੇ ਹੈਗਾ ਸੀਗਾ ਜਿਹਦੇ ਮੈਂ ਛੱਡ ਕੇ ਕੰਮ ਪਹਿਲਾਂ ਆਇਆ ਮੈਂ ਕਿਹਾ ਪਹਿਲਾਂ ਭਰਾਵਾ ਤੇਰੇ ਵਾਲੇ ਕੰਮ ਸਹੀ ਕਰੀ ਅਸਲ ਦੇ ਵਿੱਚ ਵੀਰ ਆ ਤੇਜਿੰਦਰ ਸਿੰਘ ਤੇਜਵਿੰਦਰ ਸਿੰਘ ਆ ਚੜੌਦੀ ਤੋਂ ਇਹ ਵੀਰ ਦਾ ਕੋਈ ਜ਼ਮੀਨਦਾਰ ਵਾਲਾ ਸੀਗਾ ਸਟੇ ਆਰਡਰ ਸੀਗਾ ਕੋਰਟ ਦਾ ਤੇ ਉਹਦੇ ਵਾਸਤੇ ਦੇ ਕੇ ਗਿਆ ਸੀਗਾ ਪਟਵਾਰੀ ਨੂੰ ਪਟਵਾਰੀ ਪਰਮਿੰਦਰ ਆ ਨਾ ਪਰਮਿੰਦਰ ਤੇ ਉਹ ਪਟਵਾਰੀ ਨੇ ਪਹਿਲੇ ਦਿਨ ਜਿਵੇਂ ਕਹਿ ਲਓ ਆਉਂਦੀ ਸਾਰੇ ਪਹਿਲਾਂ ਸਿੱਧਾ ਹੀ ਕਿਹਾ ਵੀ ਪੈਸਾ ਪੂਸੇ ਦੀ ਗੱਲ ਕਰ ਲਾ ਭਾਈ ਜੋ ਕੁਛ ਵੀ ਆ ਤੇ ਉਹ ਤੋਂ ਬਾਅਦ ਚੜੂੰਗਾ ਚਲੋ ਇਹਨੇ ਕੋਸ਼ਿਸ਼ ਕੀਤੀ ਵਿਚਾਰੇ ਨੇ ਉਦਣ ਦੀ ਲਗਭਗ 10 ਦਿਨ ਹੋ ਗਏ ਫਿਰ ਅੱਜ ਆਖਰ ਨੂੰ ਗੱਲ ਮੁੱਕੀ ਪਹਿਲਾਂ 3000 ਤੋਂ ਵੱਧ ਮੰਦੇ 3000 ਕਹਿਣ ਲੱਗ ਗਿਆ ਫਿਰ ਵੀਰ ਨੂੰ ਇਹਦਾ ਨਾਂ ਲੈ ਕੇ ਵੀਰ ਨਾਲ ਗੱਲ ਕਰਾਈ ਲੰਬਰਦਾਰ ਜੀ ਨੇ ਇਹ ਤੇ ਇਹਦੇ ਨਾਲ ਗੱਲ ਇਹ ਹੋਈ ਵੀ ਤੁਸੀਂ ਆ ਕੇ 2500 ਰੁਪਇਆ ਦੇ ਜਾਓ ਸਾਨੂੰ ਅੱਛਾ ਜੀ ਵੀ ਅਸੀਂ ਸਟੇ ਅੱਜੇ ਚਾੜ ਦੂੰਗੇ ਤੇ ਉਹ ਤੋਂ ਬਾਅਦ ਵੀਰ ਨੇ ਸੰਪਰਕ ਕੀਤਾ ਪਹਿਲਾਂ ਮੈਂ ਧੰਨਵਾਦ ਕਰਦਾ ਮੇਰੇ ਭਰਾ ਦਾ ਵੀ ਪਹਿਲਾਂ ਕੋਸ਼ਿਸ਼ ਵੀ ਕੀਤੀ ਇਹਨੇ ਚਲੋ ਜਿਵੇਂ ਵੀ ਹੈਗੀ ਆ ਪਹਿਲੇ ਦਿਨ ਹੀ ਜਿਵੇਂ ਅੱਜ ਕੱਲ੍ਹ ਮੈਂ ਦੇਖਦਾ ਵੀ ਇਲਜ਼ਾਮਬਾਜ਼ੀਆਂ ਵੱਧ ਲੱਗਦੀਆਂ ਨੇ ਪਰ ਜਦੋਂ ਆਹ ਕੰਮ ਆਉਂਦਾ ਕੋਈ ਨਹੀਂ ਖੜਦਾ ਛੇਤੀ ਛੇਤੀ ਆ ਕਿ ਮੈਂ ਧੰਨਵਾਦ ਕਰਦਾ ਮੇਰੇ ਭਰਾ ਦਾ ਜਿਹਨੂੰ ਜਦੋਂ ਇਹ ਗੱਲ ਆਈ ਮੇਰੇ ਇਹਨੇ ਜਿਹਦੇ ਧਿਆਨ 'ਚ ਮੇਰੇ ਕੋਲ ਜਦੋਂ ਫੋਨ ਆਇਆ ਮੈਂ ਵੇਟਸ ਕਿਸੇ ਪਾਸੇ ਹੈਗਾ ਸੀਗਾ ਜਿਹਦੇ ਮੈਂ ਛੱਡ ਕੇ ਕੰਮ ਪਹਿਲਾਂ ਆਇਆ ਮੈਂ ਕਿਹਾ ਪਹਿਲਾਂ ਭਰਾਵਾ ਤੇਰੇ ਵਾਲੇ ਕੰਮ ਸਹੀ ਕਰੀਏ ਤੇ ਆਹ ਜਿਹੜਾ 2500 ਰੁਪਇਆ ਸੀਗਾ ਇਹ ਮੇਰਾ ਮੂਰਾ ਕੋਈ ਇਹਦੇ ਨਾਲ ਲੱਗਾ ਤੇਗਾ ਨੀ ਹੈਗਾ ਇਹ ਤਾਂ ਪਰਮਿੰਦਰ ਜੀ ਦਾ ਫੋਨ ਆਇਆ ਸੀ ਉਹਦੇ ਵਾਸਤੇ ਪੈਸੇ ਫੜਨੇ ਵੀ ਮੈਂ ਪਟਵਾਰੀ ਦਾ ਵੀ ਫੋਨ ਤੇ ਗੱਲ ਕਰਤੀ ਹੈ ਮੈਨੂੰ ਵੀ ਜਿਵੇਂ ਵੀ ਕੁਛ ਗੱਲਬਾਤ ਹੋਈ ਹੋਣੀ ਆ ਵੀ ਪਰਮਿੰਦਰ ਦੀ ਕਹਾਣੀ ਸੀ ਪਰਮਿੰਦਰ ਦੇ ਪੈਸੇ ਤੇ ਸਰਕਾਰ ਤਾਂ ਨਾਲ ਹੈਗੀ ਆ ਨਾਲ ਲੋਕਾਂ ਦਾ ਸਹਿਯੋਗ ਚਾਹੀਦਾ ਨਾਲ ਸਾਨੂੰ ਪ੍ਰਸ਼ਾਸਨ ਦਾ ਸਹਿਯੋਗ ਚਾਹੀਦਾ ਜਿਹਨੂੰ ਨੱਥ ਪਾਉਣੀ ਆ ਜੇ ਹੁਣ ਅੱਜ ਇਹਨਾਂ ਨੇ ਨਾਲ ਲਿੱਤੀ ਤਾਂ ਭ੍ਰਿਸ਼ਟਾਚਾਰ ਹੈ ਕਿੱਥੇ ਗੱਲ ਦੀ ਬਣਨੀ ਹੈਗੀ ਹੁਣ ਦੂਜੀ ਗੱਲ ਹੈਗੀ ਜੇ ਵੀਰ ਨੇ ਸਹਿਯੋਗ ਨਾ ਕੀਤਾ ਹੋਣਾ ਤਾਂ ਵੀ ਸ਼ਾਇਦ ਆਹ ਗੱਲ ਨਾ ਬਣਦੀ ਜੇ ਆਪਾਂ ਇਹ ਚੀਜ਼ ਨੂੰ ਨੱਥ ਪਾਉਣੀ ਹੈ ਦੇਖੋ ਅਸੀਂ ਨਾਲ ਹੈਗੇ ਹਾਂ ਲੋਕਾਂ ਦੇ ਨਾਲ ਆ ਤੇ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਮੈਂ ਬੇਨਤੀ ਕਰਦਾ ਜਿੱਥੇ ਕੋਈ ਵੀ ਬੰਦਾ ਨਾਲ ਕਿਸੇ ਵੀ ਪਾਰਟੀ ਦਾ ਚਾਹੇ ਸਾਡੇ ਵਾਲਾ ਵੀ ਹੋਵੇ ਕੋਈ ਜਿੱਥੇ ਤੁਹਾਨੂੰ ਲੱਗਦਾ ਨਾ ਬਈ ਵੀ ਭ੍ਰਿਸ਼ਟਾਚਾਰ ਹੁੰਦਾ ਤਾਂ ਵੀਰ ਬਣ ਕੇ ਆ ਕੇ ਇੱਕ ਵਾਰ ਫੜਾਉਣ ਦੀ ਕੋਸ਼ਿਸ਼ ਕਰਿਓ ਉਸ ਬੰਦੇ ਨੂੰ ਜੇ ਮੈਂ ਨਾ ਖੜਾ ਜੇ ਤੁਹਾਡੇ ਨਾਲ ਨਾ ਜਾਵਾਂ ਤਾਂ ਆ ਗਏ ਤੇ ਬਾਰ ਬਾਰ ਮੈਂ ਤੁਹਾਡੇ ਮਾਧਿਅਮ ਨਾਲ ਫਿਰ ਬੇਨਤੀ ਕਰਦਾ ਵੀ ਇਹ ਜਿਹੜਾ ਕੋਹੜ ਕਹੂੰਗਾ ਜਿਹੜਾ ਕੋਹੜ ਫੈਲਿਆ ਹੋਇਆ ਨਾ ਇਹਨੂੰ ਖਤਮ ਕਰਾਉਣ ਵਾਸਤੇ ਮੇਰੇ ਜਿੰਨੇ ਵੀ ਮੇਰੇ ਵੀਰ ਭਰਾ ਮੇਰੇ ਹਰਕੇ ਲੋਕ ਜਿੱਥੇ ਵੀ ਤੁਹਾਨੂੰ ਲੱਗਦਾ ਜਦੋਂ ਮਰਜ਼ੀ ਕਾਲ ਕਰਿਓ ਆਪਾਂ ਨੂੰ ਕਮ ਸੇ ਕਮ ਜੇ ਨੱਥ ਪਾਉਣੀ ਆ ਭ੍ਰਿਸ਼ਟਾਚਾਰ ਨੂੰ ਤਾਂ ਤੁਹਾਡੇ ਸਾਰੇ ਸਹਿਯੋਗ ਦੀ ਬਹੁਤ ਬਹੁਤ ਲੋੜ ਆ ਕੀ ਰਹਿ ਵੀ ਤੁਹਾਡਾ ਤੇਜਵਿੰਦਰ ਸਿੰਘ ਜੀ ਕਿਹੜਾ ਪਿੰਡ ਕਿਹੜਾ ਜੀ ਪਿੰਡ ਚੜੌਦੀ ਕੀ ਮਾਮਲਾ ਕੀ ਸੀਗਾ ਜੀ ਇਹ ਮਾਮਲਾ ਸੀਗਾ ਜੀ ਸਟੇ ਦਾ ਸੀਗਾ 19 ਤਰੀਕ ਨੂੰ ਸਟੇ ਹੋਇਆ 20 ਤਰੀਕ ਨੂੰ ਮੈਂ ਇਹਨਾਂ ਕੋਲ ਲੈ ਕੇ ਆਇਆ ਸਟੇ ਤੁਸੀਂ ਜ਼ਮੀਨ ਤੇ ਲਵਾਇਆ ਸੀ ਕੋਈ ਪਲਾਟ ਤੇ ਆ ਜੀ ਦੁਕਾਨਾਂ ਪਾਈਆਂ ਤੇ ਪਲਾਟ ਚੜੌਦੀ ਦੇ ਸਟੇ ਆ ਇਹ ਤੇ ਮੈਂ ਇਹਨਾਂ ਕੋਲ ਸਟੇ ਲੈ ਕੇ ਆਇਆ ਤੇ ਉਸੇ ਦਿਨ ਕਹਿੰਦੇ ਆ ਵੀ ਸਾਨੂੰ ਕੁਛ ਚਾਹ ਪਾਣੀ ਕਰਕੇ ਜਾਓ ਫਿਰ ਕਿਹਦੇ ਮੰਗੇ ਪੈਸੇ ਤੁਹਾਡੇ ਤੋਂ ਪਟਵਾਰੀ ਸਾਹਿਬ ਨੇ ਕੀ ਨਾਂ ਕੀ ਪਟਵਾਰੀ ਸਾਹਿਬ ਦਾ ਸੰਪਰਕ ਕੀਤਾ ਉਹਨਾਂ ਨੇ ਇਹਨਾਂ ਨੂੰ ਕਿਹਾ ਆ ਕਿ ਤੁਸੀਂ ਇਹਨਾਂ ਤੋਂ ਪੈਸੇ ਫੜ ਲਓ ਵੀ ਮੈਂ ਇਹਨਾਂ ਦਾ ਅੱਜ ਸਟੇ ਚੜਾ ਦੂੰਗਾ ਦੂਜੇ ਦਿਨ ਇਹ ਆਪਣੀ ਫਰਦ ਲੈ ਲੈਣਗੇ ਕਿੰਨੇ ਪੈਸੇ ਜੋ ਆਏ ਸੌਦਾ ਹੈ ਇਹਨਾਂ ਨੇ ਪਹਿਲਾਂ ਤਾਂ ਜ਼ਿਆਦਾ ਮੰਗੇ ਸੀਗੇ ਜੀ ਫਿਰ ਲਾਸਟ 2500 ਤੱਕ ਗੱਲਬਾਤ ਹੋ ਗਈ ਸੀਗੀ 2500 ਦੇ ਜਾਓ ਤੇ ਮੈਂ ਫੋਨ ਤੇ ਗੱਲ ਹੋਈ ਤੇ 2500 ਦੇ ਜਾਓ ਤੇ ਮੈਂ ਤੁਹਾਡਾ ਕਾ ਸਟੇ ਚੜਾ ਦਿੰਦਾ ਹਾਂ ਤੁਸੀਂ 2500 ਕਿਹਨੂੰ ਦਿੱਤਾ ਅੱਗੇ ਜੀ ਇੱਥੇ ਮੈਂ 2500 ਨੰਬਰਦਾਰ ਸਾਹਿਬ ਜੀ ਨੂੰ ਦਿੱਤਾ ਹੈ ਠੀਕ ਹੈ ਜੀ ਤੇ ਤੁਸੀਂ ਐਮਐਲ ਸਾਹਿਬ ਦੇ ਧਿਆਨ ਚ ਲਿਆਂਦੀ ਗੱਲ ਹਾਂਜੀ ਮੈਂ ਪਹਿਲਾਂ 20 ਤਰੀਕ ਦੀ ਧਿਆਨ ਚ ਲਿਆਂਦੀ ਹੋਈ ਆ ਕਿਸੇ ਕਾਰਨ ਕਰਕੇ ਔਰ ਛੁੱਟੀਆਂ ਕਰਕੇ ਅਸੀਂ ਨਹੀਂ ਇਹ ਕੰਮ ਕਰ ਸਕੇ ਔਰ ਅੱਜ ਇਹ ਸਾਨੂੰ ਹੋਇਆ ਤੇ ਅੱਜ ਅਸੀਂ ਇਹ ਕੰਮ ਦੇ ਮਾਮਲਾ ਇਹ ਸੀਗਾ ਸਰ ਮੇਰੇ ਕੋਲ ਆਇਆ ਇਹ ਮੈਂ ਆਪਣਾ ਕੰਮ ਕਰਾਉਣ ਆਇਆ ਸੀ ਇੱਥੇ ਮੈਨੂੰ ਕਹਿੰਦਾ ਵੀ ਮੈਂ ਪਰਮਿੰਦਰ ਪਟਵਾਰੀ ਨੂੰ ਮੈਂ ਵੀ ਗੱਲ ਕਰਨਾ ਫੋਨ ਤੇ ਗੱਲ ਕੀਤੀ ਹੈ ਇਹਦੇ ਸਾਹਮਣੇ ਕੀਤੀ ਹੈ ਮੁੰਡੇ ਦੇ ਵੀਰ ਦੇ ਇਹ ਉਹ ਕਹਿੰਦਾ 3000 ਮੈਂ ਵੀ ਕੋਈ ਗੱਲ ਜਾਇਜ਼ ਕਰ ਲਾ ਪੁੱਛ ਲ ਮੂੰਹ ਤੇ ਖੜਾ ਮੈਂ ਵੀ ਮੈਂ ਜਾਇਜ਼ ਕਰ ਲਾ ਤੂੰ ਕਿਹੜਾ ਸੌਦਾ ਕਰਨਾ ਮੈਂ ਸੌਦਾ ਨਹੀਂ ਮੈਂ ਵੀ ਆਪਣੇ ਮੰਦੇ ਜਾਇਜ਼ ਫੀਸ ਲੈ ਲਈ ਉਹ ਫਿਰ ਕਹਿੰਦਾ 2500 ਇਹਨਾਂ ਨੇ ਗੱਲ ਹੋਈ ਹੈ ਫੋਨ ਤੇ ਸੁਣ ਲਓ ਸਾਹਮਣੇ ਤੇ ਉਹ 2500 ਨੂੰ ਮੈਂ ਕਹਿੰਦਾ ਆਪਣਾ ਬੈਠਾ ਸੀ ਉਹਨੇ 2500 ਨੂੰ ਫੜਾਇਆ ਨੇ ਜਦੋਂ ਮੇਰੇ ਸਾਹਿਬ ਆ ਗਈ ਇਹ ਪੈਸੇ ਕਿਹਨੂੰ ਦੇਣੇ ਤੁਸੀਂ ਇਹ ਮਤਲਬ ਪਰਮਿੰਦਰ ਪਟਵਾਰੀ ਕਹਿੰਦਾ ਮੈਂ ਫੜ ਲਾ ਮੈਂ ਉਹਨੂੰ ਕਹਿੰਦਾ ਕਹਿੰਦਾ ਇਹਨੂੰ ਫੜਾ ਦੋ ਇਹਨੂੰ ਕਿਹਾ ਉਹਨਾਂ ਨੂੰ ਪੁੱਛ ਲਓ ਮੁੰਡੇ ਨੂੰ ਪਹਿਲਾਂ ਵੀ ਤੁਸੀਂ ਪੈਸੇ ਲੈਂਦੇ ਹੋ ਮੈਂ ਕੋਈ ਨਹੀਂ ਪੈਸੇ ਫੜਿਆ ਜੀ ਕਿਸੇ ਤੋਂ ਹੀ ਫਿਰ ਤੁਸੀਂ ਪੈਸੇ ਲੈ ਦੇ ਕਾਹਨੂੰ ਸੀ ਉਹਨੇ ਕਾਹਨੂੰ ਫੜਦੇ ਜੀ ਪੈਸੇ ਮੇਰੇ ਪਤਾ ਹੀ ਆ ਵੀ ਰਿਸ਼ਵਤ ਦੇ ਪੈਸੇ ਤੁਹਾਨੂੰ ਪਤਾ ਹੀ ਸੀਗਾ ਸਰ ਮੈਨੂੰ ਕਹਿੰਦਾ ਪਤਾ ਨਹੀਂ ਚਾਹਦੇ ਕਾਹਦੇ ਨਹੀਂ ਮੈਂ ਫੜ ਲੈਣਾ 2500 ਰੁਪਈਆ ਸਰ ਮੈਂ 2500 ਉਹ ਫੜ ਲਿਆ ਮੈਂ ਤਾਂ ਫੜਦਾ ਵੀ ਨਹੀਂ ਜਦੋਂ ਬੈਠਾ ਜੀ ਇਹ ਪੈਸੇ ਆ ਕੇ ਕਿਹਨੇ ਫੜਿਆ ਕੇ ਰੰਗੇ ਤੁਸੀਂ ਕਿਹਨੇ ਫੜਿਆ ਪੈਸੇ ਐਮਐਲਏ ਸਾਹਿਬ ਨੇ ਜੀ ਐਮਐਲਏ ਸਾਹਿਬ ਨੇ ਫੜਿਆ ਹਾਂਜੀ ਹਾਂਜੀ
ਸਾਡੇ ਜੀ ਐਮ ਐਲ ਏ ਸਾਹਿਬ ਨੇ ਇੱਥੇ ਇੱਥੇ ਕੋਈ ਪਟਵਾਰੀ ਦੇ ਬਿਹਾਫ 'ਤੇ ਕੋਈ ਬੰਦਾ ਪੈਸੇ ਕਲੈਕਟ ਕਰ ਰਿਹਾ ਸੀਗਾ ਰਿਸ਼ਵਤ ਦੇ ਜੀ ਜੀ ਕੋਈ 3000 ਦੇ ਵਿੱਚ ਉਹ ਕਹਿ ਰਿਹਾ ਸੀ ਸੌਦਾ ਹੋਇਆ ਉਹ ਪੈਸੇ ਉਹ ਪਟਵਾਰੀ ਕਹਿੰਦਾ ਮੈਂ ਸੰਭਾਲ ਰਿਹਾ ਤੁਸੀਂ ਇੱਕ ਵਾਰ ਫੜ ਲਓ ਜਿਹੜਾ ਬੰਦਾ ਹੈ ਰੈੱਡ ਹੈਂਡਡ ਟ੍ਰੈਪ ਕੀਤਾ ਇਹਨਾਂ ਨੇ ਕੰਪਲੇਂਟ ਨਾਲ ਸੀਗੇ ਜੋ ਸਾਡੀ ਅੱਗੇ ਬਣਦੀ ਕਾਰਵਾਈ ਅਸੀਂ ਕਰ ਦੇਵਾਂਗੇ।